ਸਸ਼ੇਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ ਸਿੱਟ ਨੇ ਉਹਨਾਂ ਨੂੰ 14 ਸਤੰਬਰ ਨੂੰ ਪੁਛ ਗਿਸ਼ ਲਈ ਸੱਦਿਆ ਓ ਸਿੱਟ ਨੇ ਸੱਦਿਆ ਜੋ ਸਿੱਟ ਕੋਟਕਪੂਰਾ ਗੋਲੀकांड ਦੀ ਜਾਂਚ ਕਰ ਰਹੀ ਹੈ ਤੇ ਇਸੇ ਦੇ ਚੱਲਦਿਆਂ ਉਹਨਾਂ ਨੂੰ 6 ਸਤੰਬਰ ਨੂੰ ਵੀ ਪੁਛਗਿੱਛ ਦੇ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ ਮਾਮਲਾ ਬਾਬਲ ਕਲਾਂ ਗੋਲੀकांड ਦੇ ਨਾਲ ਜੁੜਿਆ ਹੋਇਆ ਹੈ 6 ਸਤੰਬਰ ਨੂੰ ਉਹਨਾਂ ਨੂੰ ਸ਼ਾਮਲ ਹੋਣ ਵਾਸਤੇ ਸਿੱਟ ਵੱਲੋਂ ਸੰਮਣ ਕਰ ਦਿੱਤੇ ਗਏ ਨੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਉਹਨਾਂ ਨੂੰ 30 ਤਰੀਕ ਨੂੰ ਕੋਟਕਪੂਰਾ ਗੋਲੀकांड ਦੀ ਜਾਂਚ ਦੇ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ ਸਿੱਟ ਨੇ ਉਹਨਾਂ ਨੂੰ ਸੰਮਣ ਕਿਤੇ ਸੀ ਪਰ ਉਹ ਜ਼ੀਰਾ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਹੋਏ ਯਾਨੀ ਕਿ ਕੱਲ ਉਹ ਜ਼ੀਰਾ ਦੀ ਅਦਾਲਤ ਦੇ ਵਿੱਚ ਪੇਸ਼ ਹੋਏ ਸੀ ਤੇ ਉਹਨਾਂ ਨੇ ਆਪਣਾ ਪੱਖ ਰੱਖਤਾ ਸੀ ਕਿ ਮੈਨੂੰ ਇੱਧਰ ਆਉਣਾ ਪਿਆ ਇਸ ਕਰਕੇ ਉਸ ਜਾਂਚ ਦੇ ਵਿੱਚ ਮੈਂ ਸ਼ਾਮਲ ਨਹੀਂ ਹੋ ਸਕਿਆ ਤੇ ਉਸ ਤੋਂ ਬਾਅਦ ਦੇ ਵਿੱਚ ਕੋੜਕਪੁਰਾ ਗੋਲੀकांड ਮਾਮਲੇ ਦੇ ਵਿੱਚ ਸਿੱਟ ਨੇ ਉਹਨਾਂ ਨੂੰ 14 ਸਤੰਬਰ ਨੂੰ ਸੱਦ ਲਿਆ ਸਮਨ ਕਰ ਦਿੱਤੇ ਨੇ ਤੇ ਹੁਣ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਦੂਜੀ ਵਾਰ ਫੇਰ ਦੂਜੇ ਮਾਮਲੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਸਮਨ ਕਿਤੇ ਗਏ ਨੇ ਜਿਸ ਦੇ ਚੱਲਦਿਆਂ ਉਹਨਾਂ ਨੂੰ ਬੈਬਲਕਲਾ ਗੋਲੀकांड ਮਾਮਲੇ ਦੇ ਵਿੱਚ 6 ਸਤੰਬਰ ਨੂੰ ਸਿੱਟ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਇਹ ਸਿੱਟ ਦੀ ਜਾਂਚ ਆਈਜੀ ਨੋ ਨਿਹਾਲ ਸਿੰਘ ਦੀ ਟੀਮ ਵੱਲੋਂ ਕੀਤੀ ਜਾ ਰਹੀ ਉਹਨਾਂ ਦੀ ਪੂਰੀ ਟੀਮ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਹੁਣ ਦੋ ਵਾਰ ਦੋਵਾਂ ਸਿੱਟਾਂ ਦੇ ਸਾਹਮਣੇ ਸੁਖਬੀਰ ਸਿੰਘ ਬਾਦਲ ਨੂੰ ਪੇਸ਼ ਹੋਣਾ ਪਵੇਗਾ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਤੇ ਨਾਲ ਹੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਸ ਵੇਲੇ ਬੇਅਦਬੀ ਦੇ ਮਾਮਲੇ ਸਾਹਮਣੇ ਆਏ ਸਨ ਸ਼੍ਰੀ ਗੁਰਗਨ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਤੇ ਉਸ ਤੋਂ ਬਾਅਦ ਸਿੱਖ ਸੰਗਤ ਵੱਲੋਂ ਇਨਸਾਫ ਵਾਸਤੇ ਧਰਨੇ ਲਗਾਏ ਗਏ ਮੋਰਚੇ ਲਗਾਏ ਗਏ ਤੇ ਇਸੇ ਦੌਰਾਨ ਗੋਲੀ ਚੱਲਦੀ ਹੈ ਤੇ ਦੋ ਲੋਕਾਂ ਦੀ ਜਾਂਚ ਲੀ ਜਾਂਦੀ ਹੈ ਇਸ ਨੂੰ ਸੋਲਵ ਕਰਨ ਵਾਸਤੇ ਇਹਨਾਂ ਭੇਟਾਂ ਨੂੰ ਖੋਲਣ ਦੇ ਵਾਸਤੇ ਲਗਾਤਾਰ ਸੇਟਾਂ ਦਾ ਨਿਰਮਾਣ ਕੀਤਾ ਗਿਆ ਪਰ ਸੇਟਾਂ ਦੀ ਜਾਂਚ ਅਜੇ ਤੱਕ ਕਿਸੇ ਪਾਸੇ ਨਹੀਂ ਪਹੁੰਚੀ ਤੇ ਹੁਣ ਸੁਖਬੀਰ ਸਿੰਘ ਬਾਦਲ ਨੂੰ ਸਿਟ ਨੇ ਸੱਦਿਆ ਸੀ ਕੋਟਪੂਰਾ ਗੋਲੀकांड ਮਾਮਲੇ ਦੀ ਜਾਂਚ ਕਰਨ ਵਾਸਤੇ ਜੋ ਸਿਟ ਬਣਾਈ ਗਈ ਹੈ ਉਹਨਾਂ ਨੇ ਸ hẳn ਕੀਤੇ ਸੀ 14 ਸਤੰਬਰ ਨੂੰ ਉਹਨਾਂ ਨੇ ਸਿਟ ਅੱਗੇ ਪੇਸ਼ ਹੋਣਾ ਤੇ ਇਸੇ ਦੌਰਾਨ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਕਿ ਹੁਣ 6 ਸਤੰਬਰ ਨੂੰ ਵੀ ਸੁਖਬੀਰ ਸਿੰਘ ਬਾਦਲ ਨੂੰ ਬਾਬਲਕਲਾਂ ਗੋਲੀकांड ਮਾਮਲੇ 'ਚ ਸਿਟ ਅੱਗੇ ਪੇਸ਼ ਹੋਣਾ ਪਵੇਗਾ ਹੁਣ ਦੇਖਣਾ ਹੋਵੇਗਾ ਕਿ ਉਹ ਸਿਟ ਅੱਗੇ ਪੇਸ਼ ਹੁੰਦੇ ਜਾਂ ਨਹੀਂ ਕਿਉਂਕਿ ਇਸ ਤੋਂ ਪਹਿਲਾਂ ਵੀ ਸਿਟ ਨੇ ਸ hẳn ਕੀਤੇ ਸੀ ਉਹਨਾਂ ਨੂੰ 30 ਅਗਸਤ ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ ਉਹ ਪੇਸ਼ ਨਹੀਂ ਹੋਏ ਇਸ ਦੇ ਵਜ ਦੇ ਵਿੱਚ ਉਹ ਅਦਾਲਤ ਦੇ ਵਿੱਚ ਗਏ ਜ਼ੀਰਾ ਦੀ ਅਦਾਲਤ ਦੇ ਵਿੱਚ ਜਾ ਕੇ ਉਹਨਾਂ ਨੇ ਕੋਈ ਪੇਸ਼ੀ ਸੀ ਉਹ ਭੁਗਤ ਕੇ ਆ ਗਏ ਪਰ ਸਿਟ ਦੇ ਅੱਗੇ ਪੇਸ਼ ਨਹੀਂ ਹੋਏ ਤੇ ਸਿਟ ਨੇ ਉਹਨਾਂ ਨੂੰ 14 ਤਰੀਕ ਦਾ ਸਮਾਂ ਦਿੱਤਾ ਹੈ ਤਾਰੀਖ ਦਿੱਤੀ ਹੈ ਤੇ ਹੁਣ 14 ਤੋਂ ਪਹਿਲਾਂ 6 ਤਰੀਕ ਨੂੰ ਵੀ 6 ਸਤੰਬਰ ਨੂੰ ਵੀ ਸੁਭੀਰ ਸਿੰਘ ਬਾਦਲ ਨੂੰ ਬੈਬਲ ਕਲਾ ਗੋਲੀ ਮਾਮਲੇ ਦੇ ਵਿੱਚ ਸਿਟ ਦੇ ਅੱਗੇ ਪੇਸ਼ ਹੋਣਾ ਪਵੇਗਾ ਹੁਣ ਦੇਖਣਾ ਹੋਵੇਗਾ ਕਿ ਸੁਭੀਰ ਸਿੰਘ ਬਾਦਲ ਇਹਨਾਂ ਸਿਟਾਂ ਦੀ ਕਾਲ ਦੇ ਉੱਤੇ ਸਬੰਧ ਦੇ ਉੱਤੇ ਪੇਸ਼ ਹੁੰਦੇ ਨੇ ਜਾਂ ਨਹੀਂ ਕੈਮਰਾਮੈਨ ਸ਼ੰਕਰ ਦੇ ਨਾਲ ਮੈਂ ਧਰਮਿੰਦਰ ਸੰਧੂ ਜੁੜੇ ਰਹੋ ਡੀ5 ਚੈਨਲ ਪੰਜਾਬੀ ਦੇ ਨਾਲ ਹੋਏਗੀ ਕਿਸਾਨਾਂ ਦੀ ਗੱਲ ਨਵੀਂ ਖੇਤੀ ਮਸ਼ੀਨਾ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ ਡੀ5 ਚੈਨਲ ਪੰਜਾਬੀ ਤੇ ਕੀ ਹੁੰਦੀ ਹੈ ਜਮ੍ਹਾਂ ਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com 35 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ